ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤਾੜੀ ਲਾ ਕੇ ਦੱਸ ਦੋ ਅਰਨੀ ਵਾਰ ਵਾਲਿਆ, ਚੜ੍ਹਦੀ ਕਲਾ ਚ ਬੈਠੇ ਹਾਂ। ਧੰਨ ਧੰਨ ਬਾਬਾ ਰਾਮ ਥਮਨ ਜੀ ਦੇ ਜਨਮ ਦਿਵਸ ਦੀਆਂ, ਜਿੱਥੇ ਤੁਹਾਨੂੰ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਉੱਥੇ ਅੱਜ ਵਿਸਾਖੀ ਹੈ ਜੀ, ਇਸ ਸ਼ੁਭ ਅਵਸਰ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਬਾਬਾ ਸ਼੍ਰੀ ਬਾਬਾ ਰਾਮ ਥਮਨ ਜੀ, ਸੇਵਾਦਾਰ ਸਾਈ ਪ੍ਰਦੀਪ ਬਾਬਾ ਜੀ, ਸਮੂਹ ਪ੍ਰਬੰਧਕ ਕਮੇਟੀ ਗ੍ਰਾਮ ਪੰਚਾਇਤ ਨਗਰ ਨਿਵਾਸੀ NRIV, ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਤੁਹਾਡੇ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਕੀਤਾ ਹੈ। ਸੋ ਸਪੈਸ਼ਲ ਧੰਨਵਾਦ ਕਰਦੇ ਹਾਂ ਜੀ ਪ੍ਰਿੰਸ ਬਾਬਾ ਜੀ ਕੈਨੇਡਾ, ਜਿਹੜੇ ਕੈਨੇਡਾ ਬੈਠੇ ਲਾਈਵ ਦੇਖ ਰਹੇ ਹੈ ਮਾਲਵਾ TV ਦੇ ਥਰੂ। ਸੋ ਦਿਲਪ੍ਰੀਤ ਜੀ ਕੈਨੇਡਾ, ਪੁਖਰਾਜ ਕੈਨੇਡਾ, ਬੱਬੂ ਕੈਨੇਡਾ, ਨਿਸ਼ਾ ਬਾਬਾ ਜੀ ਕੈਨੇਡਾ, ਹਰਦੀਪ ਬਾਬਾ ਜੀ, ਭੁਪਿੰਦਰ ਬਾਬਾ, ਕਮਲ ਬਾਬਾ ਜੀ, ਨੈਸਲੇ ਡੇਰੀ, ਦੈਨ ਸਮੂਹ ਬਾਬਾ, ਸਮੂਹ ਬਾਬਾ ਪਰਿਵਾਰ ਦਾ ਹੀ ਧੰਨਵਾਦ ਕਰਦੇ ਹਾਂ ਜੀ ਅਸੀਂ। ਸੋ ਤੁਸੀਂ ਜਿੰਨੇ ਵੀ ਆਏ ਹੋ, ਤੁਸੀਂ ਸਾਰੇ ਹੀ ਸਤਿਕਾਰ ਯੋਗ ਹੋ। ਸੋ ਅੱਜ ਬਾਬਾ ਜੀ ਨੇ ਕਿੰਨੀ ਕਿਰਪਾ ਕੀਤੀ ਹੈ, ਕਿੰਨੀ ਗਰਮੀ ਸੀ ਤੇ ਤੁਹਾਡੇ ਲਈ ਦੇਖੋ ਬੱਦਲਾਂ ਦਾ ਹੀ ਟੈਂਟ ਲਾਤਾ, ਹੈ ਨਾ। ਇੱਕ ਬਾਬਾ ਜੀ ਦੇ ਨਾਂ ਤੇ ਫਿਰ ਤਾੜੀ ਹੋ ਜਾਣੀ ਚਾਹੀਦੀ। ਸੋ ਜਿੰਨੇ ਵੀ ਖੜੇ ਹੋ, ਮੈਂ ਤਾਂ ਕਹਿੰਦੀ ਅਗਰ ਬੈਠ ਜਾਓ ਤਾਂ ਬਹੁਤ ਵਧੀਆ ਹੈ। ਸੋ ਅੱਜ ਦੇ ਦਿਨ ਸਾਡੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਤਾਂ ਉਸ ਤੋਂ ਹੀ ਸ਼ੁਰੂ ਕਰਾਂਗੇ। ਗੁਰੂ ਜੀ ਕੀ ਕੁਛ ਕਰਨਾ ਹੈ, ਜਲਮ ਜ਼ੁਬਰ ਦੇ ਨਾਲ ਅਸੀਂ ਹਰ ਹੀਲੇ ਲੜਨਾ ਹੈ, ਆਦੇਸ਼ ਦੀ ਉਲਝੀ ਤਾਣੀ ਦੀ ਗੁੱਥੀ ਸੁਲਝਾਉਣ ਲਈ ਸਤਿਗੁਰ ਕਰੀ ਦੀ ਯਾਰੀ ਖਾਲਸਾ ਪੰਥ ਸਜਾਉਣ। ਉਹ ਜਦ ਮੈਂ ਦੇਖੀਆ ਜਾ ਕੇ ਸਕੂਲੀਆਂ
जो जिन्हें खालसा पंथ सजाया है सानू थापड़ा है साडे गुरुआं दा गुरुआं पीरां दा हुण तुहाडा साडा प्यार जी तो क्या बात है भाई।
ਭੈਣਜੀ ਹੁਣ ਵੱਲੋਂ ਜਿਹੜੀ ਸਟੇਜ ਦੀ ਸ਼ੁਰੂਆਤ ਹੋ ਚੁੱਕੀ, ਸਟੇਜ ਦਾ ਆਗਾਜ਼ ਹੋ ਚੁੱਕਾ ਹੈ। ਵਿਸਾਖੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਇੱਕ ਵਾਰ ਤੋਂ ਫਿਰ ਸਾਡੀ ਪੂਰੀ ਸੰਗੀਤ ਪਰਿਵਾਰ ਵੱਲੋਂ, ਸਾਡੇ ਭੈਣ ਜੀ ਅਮਨ ਰੋਜੀ ਉਹਨਾਂ ਦੇ ਪੂਰੇ ਸੰਗੀਤ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ ਵਿਸਾਖੀ ਦੀਆਂ, ਇਸ ਮੇਲੇ ਦੀਆਂ। ਔਰ ਤੁਸੀਂ ਜਿੰਨੇ ਵੀ ਸਜੇ ਹੋਏ ਹੋ, ਕਿਉਂਕਿ ਅਕਾਲ ਪੁਰਖ ਸਤਿਗੁਰੂ ਨਾਨਕ ਦੇ ਚਰਨਾਂ ਵਿੱਚ ਹਾਜ਼ਰੀ ਹੋਣੀ ਬੜੀ ਜ਼ਰੂਰੀ ਹੈ। ਭੈਣ ਜੀ ਹੁਣਾਂ ਵੱਲੋਂ ਸਤਿਗੁਰੂ ਨਾਨਕ ਦੇ ਚਰਨਾਂ ਵਿੱਚ ਹਾਜ਼ਰੀ ਹੋਈ ਹੈ। ਕਹਿੰਦੇ ਨੇ ਕਿ ਇੱਕੋ ਅਰਦਾਸ ਹੁੰਦੀ ਹੈ ਅੰਮ੍ਰਿਤਸਰ ਵਿਖੇ, ਕਿ ਇੱਕੋ ਅਰਦਾਸ ਹੁੰਦੀ ਹੈ ਅੰਮ੍ਰਿਤਸਰ ਵਿਖੇ, ਕਿ ਅੱਖਾਂ ਬੰਦ ਕਰੀਏ ਤੇ ਸਿੱਧਾ ਨਨਕਾਣਾ ਦਿਸੇ। ਇਹ ਸੁਨੇਹਾ ਸਾਨੂੰ ਦਿੱਤਾ ਪੰਜਾਬ ਸਾਹਿਬ ਨੇ ਕਿ ਕਿਸੇ ਦੇ ਮਕਾਇਆ ਨਿੱਜ ਮੁੱਕਣਾ ਪੰਜਾਬ ਨੇ, ਕਿ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰੂਆਂ ਦੀ ਕਿਰਪਾ ਦੇ ਨਾਲ ਵਸਦਾ ਹੈ। ਤੇ ਹਰਿਮੰਦਰ ਨੂੰ ਢਾਉਣ ਵਾਲੇ ਕਿਧਰੇ ਦਫਨ ਹੋਏ, ਹਰਿਮੰਦਰ ਤਾਂ ਪਹਿਲਾਂ ਨਾਲੋਂ ਵੀ ਜੱਚਦਾ ਹੈ ਕਿ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰੂਆਂ ਦੀ ਕਿਰਪਾ ਦੇ ਨਾਲ ਵਸਦਾ ਹੈ। ਤੇ ਇਸੇ ਭੈਣ ਜੀ ਹੁਣਾਂ ਵੱਲੋਂ ਸਤਿਗੁਰੂ ਨਾਨਕ ਦੇ ਚਰਨਾਂ ਵਿੱਚ ਹਾਜ਼ਰੀ। ਤੇ ਹੁਣ ਜਿਹੜੇ ਜਿਹੜੇ ਗੀਤਾਂ ਨੂੰ ਤੁਸੀਂ ਮਕਬੂਲਿਆ ਹੋਇਆ ਹੈ, ਕੁਝ ਨਵੇਂ ਗੀਤਾਂ ਦੇ ਨਾਲ, ਕੁਝ ਪੁਰਾਣੇ ਗੀਤਾਂ ਦੇ ਨਾਲ, ਸੱਚੀਆਂ ਖਰੀਆਂ ਗੱਲਾਂ ਲੋਕ ਤੱਤ ਗੀਤਾਂ ਦੇ ਨਾਲ ਭੈਣ ਜੀ ਹੁਣੇ ਤੁਹਾਡੀ ਸੇਵਾ 'ਚ ਹਾਜ਼ਰ ਹੈ। ਔਰ ਤੁਸੀਂ ਜਿੰਨੇ ਵੀ ਸੱਜੇ ਹੋਏ ਹੋ, ਔਰ ਬਹੁਤ ਸਾਰਾ ਪਿਆਰ ਬਾਬਾ ਜੀ ਹੁਣਾਂ ਦੇ ਨਾਮ 'ਤੇ। ਤੇ ਆਓ ਇੱਕ ਵਾਰ ਤੋਂ ਫਿਰ ਸਾਡੇ ਭੈਣ ਜੀ ਅਮਨ ਰੋਜੀ। ਇੱਕ ਮੈਨੂੰ ਇੰਨਾ ਦੱਸ ਦਿਓ ਕਿ ਤੁਹਾਨੂੰ ਮੇਰੀ ਆਵਾਜ਼ ਸਮਝ ਆਉਂਦੀ ਹੈ ਜੀ? ਤਾੜੀ ਲਾ ਕੇ ਦੱਸ ਦਿਓ। ਹਾਂਜੀ ਬਾਬਾ ਜੀ, ਸੂਫੀ ਚੱਲੂਗਾ ਕਿ ਦੂਜਾ ਪ੍ਰੋਗਰਾਮ ਵੀ ਸ਼ੁਰੂ ਕਰੀਏ? ਇੱਕ ਸੂਫੀ, ਕਿਉਂਕਿ ਸਾਡਾ ਫਰਜ਼ ਬਣਦਾ ਜਦੋਂ ਬੱਕਰ ਰੂਹਾਂ ਸਾਹਮਣੇ ਬੈਠੀਆਂ ਹੋਣ ਤਾਂ ਉਹਨਾਂ ਦਾ ਵੀ ਗੁਣਗਾਣ ਗਾਣਾ ਜ਼ਰੂਰੀ ਹੈ। ਬੁੱਲਾ ਐਵੇਂ ਨਹੀਂ ਸੀ ਨੱਚਿਆ ਨਚਾਇਆ, ਕਿਉਂਕਿ ਮੈਂ ਅਕਸਰ ਗੱਲ ਕਰਦੀ ਹੁੰਦੀ ਹਾਂ ਜਿਹੜੇ ਹਲਕੀ ਜੀ ਆਪਾਂ ਡਲੇ ਮਾੜੀ ਜੀ ਜ਼ਿਆਦਾ ਹੋ ਬੁੱਲਾ ਐਵੇਂ ਨਹੀਂ ਸੀ ਨੱਚਿਆ ਨਚਾਇਆ ਯਾਰ ਨੇ ਹੋ ਬੁੱਲਾ ਐਵੇਂ ਨਹੀਂ ਸੀ ਨੱਚਿਆ ਬਾਬਾ ਬੁੱਲੇ ਸ਼ਾਹ ਜੀ ਸੂਫੀ ਫਕੀਰ ਹੋਏ ਹੈ। ਇੱਥੇ ਮੈਂ ਗੱਲ ਦੱਸਣੀ ਜ਼ਰੂਰੀ ਸਮਝਾਂਗੀ, ਜਿਹੜੇ ਬਾਬਾ ਬੁੱਲੇ ਸ਼ਾਹ ਸੀ ਉੱਚੀ ਜਾਤ ਦੇ ਸੀ ਤੇ ਜਿਹੜੇ ਉਹਨਾਂ ਦੇ ਗੁਰੂ ਸੀ ਉਹ ਨੀਵੀਂ ਜਾਤ ਦੇ ਸੀ। ਮਹਿਫਿਲ ਲੱਗੀ ਹੋਈ ਹੈ, ਜਦੋਂ ਮਹਿਫਿਲ ਦੇ ਵਿੱਚ ਬਾਬਾ ਬੁੱਲੇ ਸ਼ਾਹ ਜੀ ਦੇ ਮੁਰਸ਼ਿਦ ਨੇ ਸ਼ਿਰਕਤ ਕੀਤੀ ਤਾਂ ਕਿਤੇ ਨਾ ਕਿਤੇ ਬਾਬਾ ਬੁੱਲੇ ਸ਼ਾਹ ਜੀ ਦੇ ਮਨ ਦੇ ਵਿੱਚ ਆ ਗਿਆ ਕਿ ਜੇ ਮੈਂ ਆਪਣੇ ਗੁਰੂ ਨੂੰ ਸਲਾਮ ਕਰਾਂਗਾ, ਮੱਥਾ ਟੇਕਾਂਗਾ, ਤਾਂ ਮੈਨੂੰ ਲੋਕ ਕੀ ਕਹਿਣਗੇ, ਤੇਰਾ ਮੁਰਸ਼ਿਦ ਤਾਂ ਨੀਵੀਂ ਜਾਤ ਦਾ ਹੈ। ਤੇ ਬਾਬਾ ਬੁੱਲੇ ਸ਼ਾਹ ਜੀ ਨੇ ਆਪਣੇ ਗੁਰੂ ਨੂੰ ਮੱਥਾ ਨਹੀਂ ਟੇਕਿਆ, ਸਲਾਮ ਨਹੀਂ ਕੀਤੀ, ਤਾਂ ਇਹ ਗੱਲ ਬਾਬਾ ਬੁੱਲੇ ਸ਼ਾਹ ਜੀ ਦੇ ਮੁਰਸ਼ਿਦ ਨੂੰ ਬਹੁਤ ਮਾੜੀ ਲੱਗੀ ਤਾਂ ਉੱਥੋਂ ਚਲੇ ਗਏ। ਸਮਾਂ ਬੀਤਦਾ ਗਿਆ, ਜਦੋਂ ਬਾਬਾ ਬੁੱਲੇ ਸ਼ਾਹ ਜੀ ਨੂੰ ਪਤਾ ਲੱਗਿਆ ਮੇਰਾ ਗੁਰੂ ਮੇਰਾ ਮੁਰਸ਼ਿਦ ਮੇਰਾ ਖਸਮ ਮੇਰੇ ਤੋਂ ਨਾਰਾਜ਼ ਹੈ, ਤਾਂ ਪਤਾ ਲੱਗਿਆ ਕਿ ਨਾ ਦੇ ਪਿੰਡ ਮੇਲਾ ਲੱਗਿਆ ਤੇ ਮੇਰਾ ਗੁਰੂ ਉੱਥੇ ਪਹੁੰਚਿਆ, ਤਾਂ ਮਨ ਦੇ ਵਿੱਚ ਖਿਆਲ ਆਇਆ ਕਿਉਂ ਨਾ ਆਪਣੇ ਮੁਰਸ਼ਿਦ ਨੂੰ ਨੱਚ ਕੇ ਮਨਾਇਆ। ਤੇ ਬਾਬਾ ਬੁੱਲੇ ਸ਼ਾਹ ਜੀ ਨੇ ਔਰਤਾਂ ਵਾਲਾ ਭੇਸ ਬਣਾਇਆ, ਪੈਰਾਂ ਦੇ ਵਿੱਚ ਝਾਂਜਰਾਂ ਪਾਈਆਂ, ਜਾ ਕੇ ਆਪਣੇ ਯਾਰ ਦੇ ਮੂਹਰੇ ਨੱਚਿਆ। ਜਦੋਂ ਬਾਬਾ ਬੁੱਲੇ ਸ਼ਾਹ ਜੀ ਨੱਚ ਰਹੇ ਆ ਤੇ ਬਾਬਾ ਬੁੱਲੇ ਸ਼ਾਹ ਜੀ ਦੇ ਮੁਰਸ਼ਿਦ ਨੇ ਦੇਖਿਆ ਕਿ ਇਹ ਤਾਂ ਬੁੱਲਾ, ਕਹਿੰਦੇ ਬੁੱਲਾ, ਕਹਿੰਦੇ ਨਹੀਂ ਜੇ ਭੁੱਲਾ। ਸੋ ਕਿਹਦਾ ਬਾਬਾ ਬੁੱਲੇ ਸ਼ਾਹ ਜੀ ਨੇ ਆਪਣੇ ਮੁਰਸ਼ਿਦ ਨੂੰ ਆਪਣੇ ਗੁਰੂ ਨੂੰ ਨੱਚ ਕੇ ਮਨਾਇਆ। ਮੈਂ ਅਕਸਰ ਕਹਿੰਦੀ ਹੁੰਦੀ ਹਾਂ ਫਕੀਰੀ ਦੇ ਰਾਸਤੇ ਬਹੁਤ ਔਖੇ ਹੈ, ਇਹਨਾਂ ਮਸਜਿਦਾਂ ਨੂੰ ਸਿਰਫ ਹਰਿਆ ਰੰਗ ਕਰਿਆ ਨਾ ਸਮਝਿਆ ਕਰੋ, ਤੇ ਤਨ ਨੂੰ ਉਸਾਰਨਾ ਪੈਂਦਾ, ਆਪਣਾ ਆਪ ਮਾਰਨਾ ਪੈਂਦਾ, ਘਰ ਨੂੰ ਛੱਡਣਾ ਪੈਂਦਾ, ਫਿਰ ਕਿਤੇ ਜਾ ਕੇ ਫਕੀਰੀ ਮਿਲਦੀ ਹੈ। ਸੋ ਕੀ ਲਿਖਿਆ, ਬੁੱਲਾ ਐਵੇਂ ਨਹੀਂ ਸੀ ਨੱਚਿਆ ਨਚਾਇਆ, ਉਹੀ ਆਪਣੀ ਸੀ ਨੱਚਿਆ
ਕਿੱਸਾ ਚੱਲ ਜਦੋਂ ਨਾ ਹੋਇਆ ਸੰਗਾ ਸ਼ਰਮਾ ਵਾਲੀਆਂ ਗੱਲ ਚੋਂ ਲਾਉਣੀਆਂ ਪਈਆਂ ਨੋਈਆਂ Thank you.
बहुत सारा आशीर्वाद साईं प्रदीप बाबा जी वालों। सो थैंक यू सो मच जी, तुसी मुर्शिदां दे दर ते नच के हाजरी ला रहे। थैंक यू जी, थैंक यू सो मच। मिला हला दी मिला
हाजरी लगूगी जिन्हें भी तुसी धन धन बाबा राम थमन जी के दर ते आए हो हाजरी पर नगर नाल ताड़िया का साथ दूंगा लाला बालिया पढ़िया हो तेरे ना दोस्तों बंदा सारी जिंदगी अपने बंदे हरोंदिया ने मजबूरियां कोई केड़ी वटा लाट साहब बने मैं क्या शाम लाट दब कहना पैन पूरिया कहता कि माड़े नबका जो पहला ही घाबरदा ਉਹਦਾ ਫੇਰ ਸਵਾਦ ਜਿਉ ਕਿਉਂ ਹੋ ਮੈਂ ਪੁੱਤ ਬਰਾਬਰ ਦਾ ਨਹੀਂ ਸੂਰਮਾ ਸੋਹਦਾ ਮਾੜੇ ਤੇ ਚੱਕਦਾ ਤਲਵਾਰਾਂ ਨੂੰ ਵਿਆਹ ਕਰਵਾ ਕੇ ਯਾਰ ਹੰਡਾਉਣੇ ਫੱਪਦੇ ਨਾ ਮੁਟਿਆਰਾਂ ਨੂੰ ਜਾਂ ਭਾਈ ਵੀ ਕਹਿ ਸਕਦੇ ਆ ਕਹਿੰਦਾ ਜੇ ਤੂੰ ਤੱਕੇ ਬਗਾਨੀ ਤੇਰੀ ਵੀ ਕੋਈ ਤੱਕੂਗਾ ਜੇ ਤੂੰ ਤੱਕੇ ਬਗਾਨੀ ਤੇਰੀ ਵੀ ਕੋਈ ਤੱਕੂਗਾ ਹੁੰਦੀ ਯਾਰ ਮਾਰਦਾ ਆਈ ਵਿੱਚ ਪਿਆਰਾ ਗੁੱਡੀ ਸਦਾ ਸਿਖਰ ਤੇ ਚੜੀ ਕਿਸੇ ਦੀ ਰਹਿੰਦੀ ਨਾ ਰਹਿੰਦੀਆਂ ਸਮੇਂ ਸਮੇਂ ਨਾਲ ਬਦਲਦੀਆਂ ਸਰਕਾਰਾਂ ਸੋਹੀ ਕੀ ਤੁਹਾਡੀ ਨਜ਼ਰ ਹੁਕਾਂ ਦੀ ਉਹ ਜਵਾਨੀ ਜਿਹੜੀ ਅੜੀ ਨਾ ਕਰੇ ਸਾਰੀ ਜ਼ਿੰਦਗੀ ਆਪ ਤੈਨੂੰ ਹਰਾਉਂਦੀਆਂ ਨੇ ਮੈਂ
ਸਾਡੇ ਪੰਜਾਬ ਦਾ ਆਇਆ ਜੀ ਦੁਖਾਂਤ ਬਹੁਤ ਵੱਡਾ ਕਿ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਚਿੱਟੇ ਵਰਗੀ ਦਲਦਲ ਚ ਧੱਸਦੀ ਜਾ ਰਹੀ ਨਾ ਮੈਨੂੰ ਇੱਕ ਗੱਲ ਦੱਸੀ ਉਹ ਜ਼ਰਾ ਕੁ ਦੇਖੀਏ ਆਪਾਂ ਰੌਲਾ ਤਾਂ ਬਹੁਤ ਪਾਉਂਦੇ ਰਹਿੰਦੇ ਕਿ ਪੰਜਾਬ ਨਸ਼ਿਆਂ ਚ ਹੈ ਨਾ ਕਿੰਨੇ ਕੁ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਤਾੜੀ ਮਾਰ ਕੇ ਦੱਸੀ ਉਹ ਜ਼ਰਾ ਕੁ ਹੈਗੇ ਟਾਵੇ ਟਾਵੇ ਕਿ ਚਾਹੁੰਦੇ ਕਿਉਂਕਿ ਸਾਡੇ ਪੰਜਾਬ ਦਾ ਦੁਖਾਂਤ ਹੈ ਬਹੁਤ ਵੱਡਾ ਕਿ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਚਿੱਟੇ ਵਰਗੀ ਦਲਦਲ ਚ ਧੱਸਦੀ ਜਾ ਰਹੀ ਹੈ ਸੋ ਕੀ ਲਿਖਿਆ ਗੌਰ ਕਰਨਾ ਅੱਪ ਕਰੇ ਨਾ ਫਿਕਰ ਕਦੀ ਚਿੱਟੀ ਦਾੜੀ ਦਾ ਜਿਹਦੀਆਂ ਹੱਡਾਂ ਨੂੰ ਕੀ ਹੈ ਚਿੱਟਾ ਲੱਗੀ ਦੇ ਆਸਾ ਰੱਖਿਆ ਤੀਰਥਾਂ ਤੇ ਕੀਤੀ ਸੇਵਾ ਦਾ ਸਾਰੇ ਮਾਂ ਬਾਪ ਨੂੰ ਦੇ ਜੋ ਮਾਰੂ ਹੁਣ ਜਦੋਂ
ਕੇ ਨਹੀਂ ਮਟਾਲਾ ਹਿਸਾਬ ਬਣਦਾ ਮੈਂ ਕਿਆ ਸ਼ਾਮ ਲੱਡ ਦਬਕੇ ਨਾ ਪੈਣ ਪੂਰੀ ਸੋ ਗੱਲ ਕਰਨ ਲੱਗੀ ਹਾਂ ਜੀ ਮੈਂ ਯਾਰੀਆਂ ਦੀ ਕਿਉਂਕਿ ਯਾਰੀਆਂ ਨੂੰ ਪਹਿਲੀਆਂ ਮਾਰ ਕੇ ਦਾਰੀਆਂ ਯਾਰ ਬਣਾ ਕੇ ਯਾਰ ਦੀ ਭੈਣ ਤੇ ਅੱਖ ਰੱਖਣਾ ਏਦੋ ਵੱਡੀ ਲਾਹਣ ਤੇ ਨੀ ਕੋਈ ਤੇ ਏਦੋ ਵੱਡੀ ਗਦਾਰੀ ਨੀ ਜੇ ਉਹ ਜਿੱਤਣ ਵਾਲਾ ਮੁਲਕ ਜਾਣੇ ਬਾਜੀ ਹਾਰੀ ਦਾ ਰੰਨਾ ਦਾ ਠਰਕੀ ਮੁਲਕ ਦੇਣੀ ਹੀ ਪਾਉਂਦਾ ਯਾਰੀ ਦਾ ਉਹ ਜੇ ਦੁਸ਼ਮਣ ਕਰਦੇ ਵਾਰ ਤੇ ਬਦਲਾ ਲੈ ਲੈਂਦੇ ਉਹ ਜਦ ਬਣ ਜੇ ਯਾਰ ਗਦਾਰ ਤਾਂ ਉਹਨੂੰ ਕੀ ਗੱਲ ਕਰਨ ਲੱਗੀ ਆ ਜੀ ਮੈਂ ਘੂਕਰ ਜਿਹੇ ਯਾਰਾਂ ਦਾ ਕਿਉਂਕਿ ਯਾਰਾਂ ਨੂੰ ਪੈਂਦੀ ਆ ਮਾਰ ਗਦਾਰਾਂ ਦੀ ਕਿਸ਼ਨੇ ਮੋੜ ਨੂੰ ਪਈ ਸੀ ਜੇਲ ਕੱਟਣੀ ਝੱਲਣੀ ਪਈ ਸੀ ਮਾਰ ਕਟਾਰਾਂ ਦੀ ਉਹ ਕਹਿੰਦਾ ਇਹ ਡੋਗਰ ਵਰਗੇ ਯਾਰ ਹੋਣ ਲੋਕੋ ਫਿਰ ਲੋੜ ਨੀ ਦੁਸ਼ਮਣ ਦੇ ਵਾਰਾਂ ਦੀ ਉਹ ਕਦੇ ਕਦੇ ਤਾਂ ਭੈੜੀ ਹੀ ਲੱਗਦੀ ਕਦੇ ਕਦੇ ਤਾਂ ਚੰਗੀ ਸੱਚ ਪੁੱਛੋ ਤਾਂ ਬੜੀ ਮਤਲਬੀ ਦੁਨੀਆ ਕਦੇ ਕਦੇ ਤਾਂ ਭੈੜੀ ਹੀ ਲੱਗਦੀ ਕਦੇ ਕਦੇ ਤਾਂ ਚੰਗੀ ਸੱਚ ਪੁੱਛੋ ਤਾਂ ਬੜੀ ਮਤਲਬੀ ਦੁਨੀਆ ਉਹ ਪਿੱਠ ਦੇ ਪਿੱਛੇ ਛੁਰਾ ਚਲਾ ਕੇ ਉਹ ਕਤਲ ਕਰਨੀ ਕੀ ਬਾਰਾਂ ਦਾ ਛਕਣਾ ਹੱਥੋਂ ਪਤਾ ਨੀ ਲੱਗਦਾ ਮੈਂ ਕਿਆ ਮਕਾਰਾ ਦੀ ਕਤਾਰਾ ਨਹੀਂ ਮੈਂ ਕਿਉਂ ਜੀ ਛਕਣਾ ਹੱਥੋਂ ਪਤਾ ਨੀ ਲੱਗਦਾ ਮੈਂ ਕਿਆ ਮਕਾਰਾ ਦੀ ਕਤਾਰਾ ਉਹ ਜਿੱਤਣ ਵਾਲਾ ਮੁਲਕ ਜਾਣੇ ਬਾਜੀ ਹਾਰੀ ਦਾ ਰੰਗਾਂ ਦੇ ਠਰਕੀ ਮੁਲਕ ਦੇਣੀ ਪਤਾ ਬੰਦੇ ਦੀ ਹੋ ਬੰਦੇ ਦੀ ਹੋ ਬੰਦੇ ਦੀ ਹੋ
Come on.
I'm gonna
ਬਿਮਾਰੀਆਂ ਤੇ ਲੱਗ ਜਾਂਦੀਆਂ ਸੀ ਉਂਗਲੀ ਬਿਠਾਉਣੀ ਹੁੰਦੀ ਹੈ ਨਾ
अज तो गल करनी बनती भी है मेला विसाखी का तो याद करांगे जी अमर सिंह जी शौकी होना जिन्होंने अमर सिंह जी शौकी होना सुने ताड़ी तो लाइयो जरा क्योंकि बुजुर्गों के रूह की खुराक है क्योंकि मैं अक्सर गल करती हूँ कि ऐसे गवैये हुए हैं जिन्हों की आवाज बिना माइक तो भी को हाल उठ जाती होगी मैं अज मैं याद करी जाती सी स्कूल टाइम मैं चेते आ गया जो विसाखी का मेला हों ना एक लेख आता हों ऐसे आना हों कि विसाखी से लिखना है तो अज रास्ते च लंगर लगे हुए थे थाई थाई मेले लगे हुए थे बड़ा वधा चढ़ा गया लिखते होंगे जी असं अपने बापू नाल मेले गए उ गाने वाला लग्या जलेबियां खादिया आ किता एंड जाके कह देना जी मेले च लड़ाई हो गई सिर फट के फिर असं आ गए आ किन्ने के जवाक हूँ भी आ बड़ा ऐसे लिखते हैं मैनू अपना टाइम चेते आ गया स्कूल टाइम की लिखा आप
ਜਗਤ ਮੇਲਾ ਇੱਕ ਦਿਨ ਅਸੀਂ ਦੇਖ ਕੇ ਸਾਰਿਆਂ ਨੇ ਜਾਣਾ।
ਸਰਕਾਰੀ ਹਾਰ ਜਾਣੀ ਹੈ ਇੱਕ ਦਿਨ ਸਾਰਿਆਂ ਨੇ ਸਗਰ ਤਾੜੀ ਦਾ ਸਾਥ ਨਾਲ ਦਊਂਗੇ ਮੈਨੂੰ ਬਹੁਤ ਵਧੀਆ ਲੱਗੂਗਾ ਇਹ ਦਰਦ ਵਿਛੋੜੇ ਵੈਸੇ ਰੱਬ ਨੇ ਸਾਨੂੰ ਕਿੰਨੀ ਸੋਹਣੀ ਦੁਨੀਆ ਦਿਖਾਈ ਹੈ ਕਿੰਨੇ ਸੋਹਣੇ ਸੋਹਣੇ ਚਿਹਰਿਆਂ ਨਾਲ ਮਿਲਾਇਆ ਸੋ ਮੈਂ ਤਾਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੀ ਸਮਝਦੀ ਹਾਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦੀ ਹਾਂ ਇੱਕ ਤਾਂ ਦੁਨੀਆ 'ਚ ਭੇਜਿਆ ਤੁਸੀਂ ਤੋਂ ਇੰਨੀ ਸੋਹਣੀ ਕਲਾ ਬਖਸ਼ੀ ਹੈ ਕਿ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਮਿਲ ਰਿਹਾ ਇੱਥੇ ਮਿਲ ਰਿਹਾ ਫਿਰ ਵਿਦੇਸ਼ਾਂ 'ਚ ਮਿਲ ਰਿਹਾ ਸਿੱਖ ਤਾੜੀ ਆਪਣੇ ਨਾਂ 'ਤੇ ਲਾ ਦਿਓ ਅਤੇ ਮੇਰੇ ਉਹ ਰੱਬ ਦੇ ਨਾਂ 'ਤੇ ਲਾ ਦਿਓ ਜਿਹਨੇ ਮੈਨੂੰ ਇੰਨੇ ਲਾਇਕ ਬਣਾਇਆ ਕਿਉਂਕਿ ਜਾਣਾ ਆਪਾਂ ਸਾਰਿਆਂ ਨੇ ਪਰ ਜਦੋਂ ਜਾਣਾ ਕੁਛ ਚਿਹਰੇ ਚੰਦ ਲੋਕ ਯਾਦ ਤਾਂ ਰੱਖਣਗੇ ਵੀ ਇਹ ਵੀ ਕੋਈ ਹੁੰਦੀ ਸੀ ਇਹ ਦਰਦ ਵੀ ਛੋੜੇ ਮੁੰਡਾ ਕਬਰੂ ਸ਼ਕੀਨ ਮੁੱਛਾਂ ਕੁੜੀਆਂ ਜਿਹਨੂੰ ਕਿਹਾ ਬਾਤ ਅਭੀ ਬਹੁਤ ਸਾਰਾ ਪਿਆਰ ਤੁਸੀਂ ਜਿਹੜੇ ਵੀ ਸੱਜੇ ਹੋਏ ਹੋ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਧੰਨਵਾਦ ਕਰਦੇ ਹਾਂ ਬਾਬਾ ਥੈਂਕ ਯੂ ਸੋ ਮਚ ਸਪੈਸ਼ਲ ਇਨਾਮ ਪ੍ਰੀਤਮ ਸਿੰਘ ਜੀ ਬ੍ਰਾਂਡ ਸਾਹਿਬ USA ਤੋਂ ਅਮੈਰੀਕਾ ਤੋਂ ਉਹਨਾਂ ਨੂੰ ਬਹੁਤ ਸਾਰਾ ਪਿਆਰ ਪਹੁੰਚਿਆ ਹੋਇਆ ਹੈ ਸਤਿਕਾਰ ਕਰਦੇ ਹਾਂ ਵੈਲਕਮ ਕਰਦੇ ਹਾਂ ਜੀ ਆਇਆਂ ਨੂੰ ਔਰ ਸਾਡੇ ਸਾਈ ਜੀ ਗਦਿਨ ਸਿੰਘ ਉਹਨਾਂ ਵੱਲੋਂ ਵੀ ਬਹੁਤ ਸਾਰਾ ਪਿਆਰ ਪਹੁੰਚ ਰਿਹਾ ਹੈ ਸਤਿਕਾਰ ਕਰਦੇ ਹੈ ਪ੍ਰਦੀਪ ਬਾਬਾ ਜੀ ਸਾਡੇ ਸਾਈ ਜੀ ਹੁਣਾਂ ਵੱਲੋਂ ਬਹੁਤ ਸਾਰਾ ਪਿਆਰ ਪਹੁੰਚ ਰਿਹਾ ਹੈ ਬਾਬਾ ਪਰਿਵਾਰ ਵੱਲੋਂ ਬਹੁਤ ਸਾਰਾ ਪਿਆਰ ਪਹੁੰਚ ਰਿਹਾ ਹੈ ਧੰਨਵਾਦ ਕਰਦੇ ਹਾਂ ਸਤਿਕਾਰ ਕਰਦੇ ਹਾਂ ਤੁਸੀਂ ਜਿੰਨੇ ਵੀ ਸੱਜੇ ਹੋਏ ਹੋ ਤੁਹਾਡਾ ਸਾਰਿਆਂ ਦਾ ਤਹਿੰਦੇ ਤੋਂ ਧੰਨਵਾਦ ਹੈ ਸਤਿਕਾਰ ਹੈ ਜੀ ਆਇਆਂ ਨੂੰ ਮਨਦੀਪ ਬਾਬਾ ਜੀ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਪਹੁੰਚਿਆ ਹੋਇਆ ਤੁਸੀਂ ਜਿੰਨੇ ਵੀ ਸੱਜੇ ਹੋਏ ਹੋ ਤੁਹਾਡਾ ਸਾਰਿਆਂ ਦਾ ਸਤਿਕਾਰ ਹੈ ਵੈਲਕਮ ਹੈ ਜੀ ਆਇਆਂ ਨੂੰ ਜ਼ਿੰਦਗੀ ਜਿੰਦਾਬਾਦ ਪੰਜਾਬੀ ਮੂਵੀ ਔਰ ਬਹੁਤ ਅੱਛਾ ਇਨਸਾਨ ਬਹੁਤ ਅੱਛਾ ਐਕਟਰ ਅਨੀਜਾ ਬਾਈ ਉਹਨਾਂ ਦੀ ਮੂਵੀ ਆ ਰਹੀ ਹੈ ਔਰ ਨਾਲ ਹੀ ਜੱਗਾ ਬਿਲਕੁਲ ਜੱਗਾ ਬਾਜੀ ਨੇ ਬਿਲਕੁਲ ਉਸ ਮੂਵੀ ਦੇ ਵਿੱਚ ਕੰਮ ਕੀਤਾ ਹੈ ਬੌਂਸਰ ਸਾਹਿਬ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਹੈ
और सारे भरावां दा धन्नवाद करदे आ सत्कार दे। एक बारी बाई वास्ते भरमी ताड़ी ला दिओ तुसीं जिन्ने भी सजे होए हो, तुहाडा सारा दा तहि दिल तों धन्नवाद करदे आ सत्कार करदे आ। तुसीं जिन्ने भी सजे होए हो तुहाडा सारा दा तहि दिल तों धन्नवाद है सत्कार है। और जिन्ने भी पंच सरपंच कमल बाबा नैचुरल डेयरी उन्हां नूं बहुत सारा प्यार पहुंचा होया है सत्कार करदे इस मेले विच बड़ा वड्डा सहयोग उन्हां दा धन्नवाद करदे हैं जिहां नूं कहिंदे हैं। और जिन्हें भी तुम सजे हुए हो बाबा परिवार जिन्हें भी NRI वीर ने साढ़े सारे उन्होंने सारा का तहद तो धनबाद करते हैं सत्कार करते हैं। जिन्हें भी साढ़े वीर सजे हुए ने उन्होंने सारा का सत्कार है धनबाद है। और जिन्हें भी समूह मेला प्रबंधक कमेटी है जिन्हें भी सेवादार है बाबा जी के नाल सारा का तहद तो धनबाद करते हैं सत्कार करते हैं वेलकम करते हैं जी जिया नू। और नाल ही प्रदीप भाजी गिल साहब उन्होंने वालों बहुत सारा प्यार पहुंचा हुआ है। गुरजीत सिंह जी गिल साहब उन्होंने वालों बहुत सारा प्यार पहुंचा हुआ है। नाल ही जिन्हें भी तुम सजे हुए हो सारे का तहत तो धनबाद करते हैं सत्कार करते हैं वेलकम करते हैं जिया नू। जिन्हें भी पंच सरपंच इस इलाके के सजे हुए ने जिन्हें भी NRI भी सारा का सत्कार है। संदीप भाजी अरनी वाला संदीप भाजी अरनी वाले तो उन्होंने वालों बहुत सारा प्यार पहुंचा हुआ है। सारा का कमल भाजी होने वालों बाबा साहब होने वालों बहुत सारा प्यार पहुंचा हुआ है। तुम जिन्हें भी सजे हुए हो सारा का सत्कार है धनबाद है। और जिन्हें भी सजे हुए हो और बहुत अच्छा माहौल बनया हुआ है जिन्हें भी तुम बैठे हुए हो सजे हुए हो हर्ष बाबा उन्होंने वालों बहुत सारा प्यार पहुंचा हुआ है धनबाद करते हैं। जिन्हें भी सजे हुए हो मालवा TV जिन्हों वालों कवरेज हो रही है अज के सम्मेलन जितों तक भी पंजाबियतों प्यार करने वाले बसते हुए पंजाबी चाहे लहिंदा पंजाब हो चढ़ता पंजाब हो कैनेडा हो अमेरिका हो जितों तक भी पंजाबियतों प्यार करने वाले बसते हुए पंजाबी उन्होंने तक जो अज का मेला कवरेज हो रहा है सारा का तहत धनबाद करते हैं सत्कार करते हैं। साई जी होने सामने तशरीफ फरमान ने सारा का सत्कार है धनबाद है। और जिस तरह तुम बैठे हुए हो सजे हुए हो बहुत सारिया फरमाइशा होंगे हैं अक्सर हर गीत की हर गाने की भाई सिद्धू मूसेवाले की गीत भी फरमाइश आ रही है। पर साई जी एक बार मैं गुजारिश करेंगा सिद्धू भाई वास्ते भरमी ताड़ी ला लियो भाई सिद्धू मूसेवाला उन्होंने गीत की फरमाइश आ रही है। तुम जिन्हें भी सजे हुए हो सारा का सत्कार करते हैं साढ़े माता जी पूर्णा देवा जी उन्होंने वालों बहुत सारा प्यार पहुंचे हुए है उन्होंने नाम तो बहुत सारा प्यार पहुंचे हुए है सत्कार करते हैं। साढ़े साई जी उन्होंने वालों बहुत सारा प्यार पहुंच रहा है सत्कार करते हैं धनबाद करते हैं जिया नू कहने हैं। तुम जिन्हें भी सजे हुए हो तुहाडा एक एक कदम साढ़े सिर मत्थे है। बलकार सिंह जी टेंट हाउस वाले उन्होंने का भी तहत दिल तों धनबाद करते हैं। बलकार भाजी होना ने चानणियां बहुत लाइया सी अज ते मौसम बड़ा ठंडा है साई जी होना ने हुक्म किया कि अब जड़िया चानणिया जल्दी जल्दी क्लोज कर लो है ना तो सारे का सत्कार करते हैं। साई जी जिस तरह तुम अक्सर गीतों की फरमायश करते हो मैं पिछों दो तीन वारी हर पिछों जाके कह देंगे भी जी तू गल सुना होना है अपने घर के परिवार की वह भी गल सुना दे तो मैं गल मैंने सुनानी पैंती है क्योंकि नाल इधरों सोशल मीडिया लगा हुआ है मालवा TV लगा हुआ है ये जो मालवा TV वाले मेरी गल जी होती है अच्छी तरह कवरेज कर लेंगे ने कि ये साढ़े परिवार जोड़ा है मैं जो इन्हों का अज का मेला फिर लाइव देखना हाँ तो साढ़े घर फिर थोड़ा माहौल जोड़ा होर हो जाना है क्योंकि अपने घर दिया गल् जो मैं कई बार जो कई बार मैं बोल देना दस देना फिर कई बार फरमाइशा भी आ जाती है। साई जी थोड़े पिंड वाल पता नहीं पर साढ़े पिंड वाल कई ऐसे पिंड है जिते ऐसे एरिए है जिते अजे तक अनपढ़ता हैगी क्योंकि वैसे तो पंजाब बड़ा सुलझिया होया है अनपढ़ता कितने कितने रह गई कितने कितने जोड़े पिछड़े हुए एरिए ने तो बिल्कुल एक गी गल है मेरी हड बीती है मेरे घर की परिवार की गल है। साई जी मैं जो एक बारी दो बारी मंच से कही तो मैं अक्सर फरमायश आने लग गई है लो जी थोड़े पिंड वाल तो पता नहीं पर साढ़े पिंड की गल दसन लगा है। साई जी मेरा होया दो साल होया विआह तो मेरी घर की जाने कि मेरी वाइफ वो प्रैगनेंट है तो मैं जो अपनी घरवाली डॉक्टर के को लैके गया तो डॉक्टर साहब कहते भी काका जी यदि अल्ट्रासाउंड कराओ मैं कहा जी अल्ट्रासाउंड का कोई गल नहीं करवा लें जी मैं तो मेरी घरवाली जो अल्ट्रासाउंड कराने वास्ते गए तो बाबा जी पिछों बस आई अनपढ़ बीबिया ना तो अनपढ़ बाबिया ना भरी बस के भीड़ बाली जाती सी मैं तो मेरी घरवाली जो बस के चढ़ गए बस के भीड़ बाली जाती तो बस के जिहड़ियां भैणां खड़ियां मैं उन्होंने कह दिया क्या भैन जी थोड़ा नाल नाल हो जाओ मेरी वाइफ प्रैगनेंट है उन्होंने जाले बिना प्रैगनेंट होंदा की है उन्होंने बड़े भीड़ तो गई जाता है। जो मैं दूजी बारी क्या मैं क्या भैन जी थोड़ा नाल नाल हो जाओ मेरी वाइफ प्रैगनेंट है वह आपस में कुसर कुसर कर ला पे दस ये वास्ते कोई ज्यादा भीड़ है इसे बस जाए। साई जी जो मैं तीजी बारी क्या
मैं क्या भैन जी थोड़ा नाल हो जो मेरी वाइफ प्रैगनेंट आ मैं टुट के बह गया कहिंदिया छत नूं इह प्रैगनेंट जी दी तैनूं असीं नहीं प्रैगनेंट जी दियां आ तैनूं निके निके बच्चे नहीं प्रैगनेंट जी दे आ कंडक्टर बेचारा किड्डा प्रैगनेंट आ तीन वारी टिटा करदा करदा डिगा तैनूं होणी दीदा इहने के पिछे इक पापा बड़ा औखा हो के खड़ोता सी बारी विचों कहिंदा पुत्त कहदा रौला पाया है मैं तो जदों दा पिछले दिन तो चढ़िया मैं जदों दा प्रैगनेंट हो के चढ़िया मैं ते किसे नूं कुछ नहीं किया इहदे तां माहौल बणदा है और बाबा जी दा ते भरवीं ताड़ी ला दिओ तुसीं जिन्हें भी बैठे हुए हो सजे हुए हो तुहाडा सारा दा एक एक कदम साडे सिर मत्थे है बाकी जिन्ना का समा बचिया होया है प्रिंस बाबा जी होना वालों बहुत सारा प्यार पहुंचे हुए है कनेडा वाले वालों बाबा जी होना के नाते राम थमन जी शाही दरबार पवित्र दरबार से तुम जिन्हें भी चौड़िया परौंदे लई बैठे हुए हो सजे हुए हो तुहाडा एक एक कदम साडे सिर मत्थे है तुम जिन्हें भी सजे हुए हो तो साई जी मैं एक गल होर दस देवा इधर साडा अज ढोल प्ले करता है साडा बड़ा सुनखा मुंडा है अर्जन ढोली एदा व्याह होया भाई एक बार इहदे नाल ते ताड़ी ला दिओ नवा नवा व्याह होया इहदा साई जी ये पिंड च रहिंदा है ते इहदी घरवाली शहर दी है इहदी घरवाली शहर दी है साई जी बड़ा तगड़ा फैशन करती है पता नहीं किन्ने पैसे जांदी है ब्यूटी पार्लर लैके ते बड़ा तगड़ा फैशन करती है मेरा ते अर्जन दा प्यार बड़ा ज्यादा है ये मैनू एक दिन कहिंदा कि साबर भाजी साडे घरे तुसीं तड़के तड़के चाह ते इनवाइट हो मैं कहा ठीक है जी कोई गल नहीं साई जी जदों इन्हां दे घरे मैं तड़के तड़के चाह पीने लई गया ते इन्हां दे घर दा दरवाजे ते पहला एंटर होया मैं बाबा जी नाल दोवां जी दी लड़ाई होण दी इहने अपनी घर दी ते खिच के चपेड़ मारी चूड़ा खुल्लिया विचों गड़वी निकली इहदी मां नूं कहिंदी कहिंदी पुत्त इक चपेड़े ते होर मार इह कहिंदा क्यों उह कहिंदी कल दी पतीली वी नहीं लभण दी साईं जी उत्थे रसोई बनाई इहनां बिल्कुल अर्जन ढोली साडा भरा और तुसीं जिन्हें भी सजे होए हो तुहाडा सारा दा एक एक कदम सिर मत्थे है माहौल सा बहुत अच्छा होया है ठंडियां हवावां चल रही है और तुसीं जिन्हें भी सजे होए हो तुहाडा एक एक कदम सिर मत्थे अर्जन जी आओ नाल ही तो सारा दा तहि दिल धन्नवाद करते हैं सत्कार करते नाल नाल फोटोआं सेल्फियां होनियां बड़ियां जरूरी है तुसीं जिन्हें भी सजे होए हो तुहाडा सारा दा सत्कार है मैं कहिंदा भैन जी एक गल होर है राधे जगराता है बिल्कुल जगराते की गल मैं मेरे तो अज रिहा नहीं जाना साई जी जगराता होया साडे महल्ले जिस तरह भैन जी होनी गा रहे ने गाउण दा शौक मैनू भी बड़ा ज्यादा है पर मैं जो इनू हनी नू लै जाना ढोलक दे नाल कई बार जिहड़ा मैनू जगराता बुक होना हुंदा है एक तो हो जाता है इन मैं लै जाना है यह हरकत ऐसे भी कर दिंदा कई बार तो मेरा जरा जगराता कई बार अगला जरा बुक होया हुंदा कैंसल हो जाता है बाबा जी जिस तरह भैन जी होना तुसीं बिठा के चाह पानी पियाया है तो मैनू जो जगराते वाले बिठाया ये साडा हनी है मुंडा ढोलक वाला मैं जो जगराता करने वास्ते गया तो ईसाई जी ने कहा शरारत की इन्हें जगराते वाले ने चुमचे चोरी कर लै इन्हें चुमचे चोरी कर लै मैं आके कमेटी वाले कहें कि भाई आ तेरे ढोलक वाले ने चुमचे चोरी कर ले है तो मैं गा रहा तो गाँव गाँव फिर मैं कह रहा मैं कहा सारे गामा पा इन्हों दे चुमचे दे सारे गामा पा इन्हों दे चुमचे दे फिर साई जी तैयारी भी बल है ये भी अपनी ढोलक की ध्याई में कह रहा दिना दरगड़ दिना दिना प्रोग्राम तो बाद दिना दिना दरगड़ दिना दिना प्रोग्राम तो बाद दिना है एक बार भरवीं ताड़ी लाओ हनी वास्ते हनी इतना जगह छड़ दे आओ एक बार तो फिर बिल्कुल 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 मैं साई जी होना मेरी गल कहनी सी तो मैं पहलो गल कह दिना साई जी मैनू एक बड़ी वड्डी खुशी है कि अज के इस मेले की सानू तो खुशी हैगी हैगी है जेडे बार गोरे रेंदे है उन्होंने भी खुशी है क्योंकि इस दरबार की इस मेले की उन्होंने वालों भी वाइड बनाई हुई है एक बार बाबा जी ने भरवीं ताड़ी लाओ इस दरबार के लिए भरवीं ताड़ी ला दौ बाबा जी होना का इतने नहीं वजी विदेशों तक जो प्यार बनया हुआ है आओ एक बार तो फिर जिन्हें भी गीतों को तुम मकबूलिया हुआ तीन सहेलियां गीत की फरमैश आ रही है भाई सिद्धू मूसेवाले की गीत फरमैश आ रही है आओ एक बार तो फिर साढ़े भैन जी अमन रोजी मुंडा गबरू शकीन मुछा कुड़िया नी मर्जी दे ना फसा के बह के कुंडिया गबरू दा दबका बड़ा नी बाबा वांगू है जट दिया तीन सहेलियां ली घोड़ी नौकरी तू नाली थी जी मैं
ही लाओ क्योंकि जिन्ना कुर्ते पंजाबी कुर्ते पजामे प्यार कर दो ना चाहे असं ब्याह शादिया में भी आईए लेकिन तुम पंजाबी सभ्याचार को सारे ना वो तुम संभाल के रखा है और शौकी है पंजाबी सूट पाउंदा मेरी फाजलके वाला खुसा चाचदा अब बोलदा नहीं रोबी ओदा बोलदा है मेरी कला कला ओदे बूरे नाचदा और शौकी है पठानी सूट पाउंदा मेरी फाजलके वाला खुसा चाचदा अब बोलदा नहीं रोबी ओदा मैनू कहता मैनू दस दी नी करी मैनू कहता मैनू दस दी नी प्यारी जेड़ा भी करूंगा तै कट दिया तेन सीनिया सिलिया दी घोड़ी नुकरी दुराली कट दिया तेन सिलिया दी घोड़ी नुकरी दुराली दी We'll be right back.
Thank you.
ਸਿੱਧੂ ਮੂਸੇਆ ਹਾਂਜੀ ਬਾਬਾ ਜੀ ਹੈ ਬਿਲਕੁਲ जकारा बाबा राम शरण बाबा जी का बोल सांचे दरबार की बिल्कुल जकारे की आवाज जकारे भी देता करो भाई भरवी बिल्कुल जकारा माता पूर्णा देवा जी का बोल सांचे दरबार की जय बिल्कुल साडे साई जी प्रदीप बाबा जी उन्हां दी पूरी कमेटी वालों सन्माचा की रस्म हो रही है सारा दत्ते तो धन्यवाद करते हैं सत्कार करते हैं जिन्हें भी सजे हुए हो एन आर आई वीर इलाके दंगत नगर पंचायत दरबार की समूह मेला प्रबंधक कमेटी सारा दत्ते तो धन्यवाद करते हैं सत्कार करते हैं जी हाँ कहने हैं और हम नाल ही भाई सिद्धू मूसेवाले का गीत होगा उस बाद जिम्मे जिम्मे तुहाडा हुक्म होगा जिन्ना समा बचे हुए उस समय के हिसाब से भैन जी होनी थोड़ी सेवा च हाजिर है सारा का तहत धन्यवाद करते हैं और साढ़े बाबा जी होना वालों बहुत सारा प्यार पहुंच रहा है सारा का तहत धन्यवाद करते हैं सत्कार करते हैं साई प्रदीप बाबा जी गदिनशील बहुत सारा प्यार बहुत सारा मान दरबार वालों पहुंच रहा है सारा का तहत धन्यवाद करते हैं सत्कार करते हैं बिल्कुल कमल बाबा जी बिल्कुल कमल नेशनल डेयरी उन्हें सम्मान तो हो रहा है सारा का तहत धन्यवाद करते हैं सत्कार करते हैं बिल्कुल सारा का तहत धन्यवाद करते हैं सत्कार करते हो तुम जिन्हें भी पहुंचे हुए हो सजे हुए हो थोड़ा सारा का तहत धन्यवाद सत्कार है हम एक बार वो भरवी ताड़ी लाओ जो भाई सिद्धू नूं प्यार करते हैं बिल्कुल भाई सिद्धू मूसेवाले उन्होंने गीत की फरमायश है बाकी जिम्मे जिम्मे तुहाडा हुक्म साडे सिर मत्थे है तुम जिन्हें भी सजे हुए हो पहुंचे हुए हो मेरिया भैन मातावान बुजुर्ग मेरे हाणी वीर थोड़ा सारा का सत्कार करते हैं धन्यवाद करते हैं मूसेवाले बाई की फरमैश है और सुते वड जाए जो कद वैली आ वैली गीत भी फरमैश है बाकी बहुत सारे गीतों दरमैशा तीन सहेलियां गीत एक बार तो फिर फरमैश है पहलो बाई सिद्धू मूसेवाला उन्होंने गीत की फरमैश है उस तो बाद वैली उस तो बाद जिम्मे जिम्मे तुहाडा हुक्म होगा सारा का सत्कार है सिद्धू भाई वो जाता रहे 295 क्या बात है भी आओ सारे रल के हाजरी लवाने हूँ बाई दिन की जिन्हें नच के हाजरी लवानी भाई आ सकते हो तुसे जिन्हें भी सजे हुए हो सारा का एक एक कदम साढ़े सिर मत्थे है तुसे जिन्हें भी पहुंचे हुए हो आओ एक बार तो फिर आवाज अंदाज फनकार कलाकार साढ़े बहन जी सुखविंदर सिंह जी सो मच जिन्हों के घरे बैठे से जिन्हें बहुत सारी सेवा की हुई है साढ़े सरदार साहब रिस्पैक्टेड सरदार सुखविंदर सिंह जी उन्होंने वालों भी बहुत सारा प्यार पहुंचे हुए है काला सिंह जी सरपंच साहब कोट भाई के उन्होंने वालों भी बहुत सारा प्यार पहुंचा प्यार पहुंचा हुआ है काला सिंह जी सरपंच साहब होने वालों तो आओ भाई सिद्धू मूसेवाले के गीत नाल एक बार तो फिर सारे मैं जी अमन रोजी एक ताड़ी छोटे भी सिद्धू मूसेवाले मुबारक हो जी तुम सारे बहुत बहुत परमात्मा ने थोड़े सारे की अरदासा कबूल की थी जो हुंदा सी मैं 18 दा चुकाली चट दी रेंज कुड़े पिछा नहीं कर दी नारा ओ
जिन्हें खेडना हुंदा मगन मन और रोज उना दे काम देनी सब लारे जोने सुचियां दे साडे मिर्जे राजे जमदे नहीं सब दिलाने जोड़े
बाबा जी वैसे मीह आने लग गया, तो मेरी बेनती है मीह का कुछ नहीं पता किन्ना क वर जाए, जिन्ना जिन्ना ने नचना मैं तो कहनी आप नच के हाजरी ला लीए। नहीं मैं हक दी कमाई ते कड़े कटदा है कड़े कटदा है सड़ दे शरीक ने फ्रॉड मान दे। और
ਪਤਾ ਲੱਗ ਜਾਏ ਵੀ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਹੋਈ ਪਈ ਹੈ ਕਿਉਂਕਿ ਇਹ ਸੌਖਾ ਆ ਇਹ ਸੌਖਾ ਆ ਪਹਿਲਾਂ ਤਾਂ ਜਿਹੜਾ ਮੈਂ ਕਹਿ ਰਹੀ ਸੀ ਉਹ ਗਾਉਣਾ ਔਖਾ ਸੀ ਇਹ ਸੌਖਾ ਆ ਬਜ਼ੁਰਗੋ ਤੁਸੀਂ ਵੀ ਤਿੰਨ ਸਹੇਲੀਆਂ ਉਹ ਵੀ ਆ ਜਾਣਗੀਆਂ ਵਿਚਾਰੀਆਂ ਨਾ ਮੀਂਹ ਪੈਂਦੀਆਂ ਪਿੱਛੇ ਬੈਠੀਆਂ ਮੀਂਹ ਤੋਂ ਡਰ ਗਈਆਂ ਮੀਂਹ ਤੋਂ ਡਰ ਗਈ ਕਹਿੰਦੀਆਂ ਆਉਣੀਆਂ ਦੁਬਾਰਾ ਉਹ ਸਿੱਧੂ ਮੂਸੇ ਵਾਲਾ ਜੋ ਲਿਖਦਾ ਸ਼ਰੀਰ ਮੈਂ ਸਾਡਾ ਚੱਲਦਾ ਆ ਡਾਲਰ ਵਾਂਗੂ ਨੀ ਲਾਈਨਾਂ ਵੀਰ ਦੀਆਂ ਹੀ ਆ ਇਹ ਲਾਈਨਾਂ ਮੈਂ ਜ਼ਰੂਰ ਬੋਲਦੀ ਹੁੰਦੀ ਹਾਂ ਕਿਉਂਕਿ ਅੱਜ ਤਾਂ ਅਸੀਂ ਬਹੁਤ ਕਹਿੰਦੇ ਹਾਂ ਸਾਡਾ ਬਾਈ ਲੇਕਿਨ ਜਿਉਂਦੇ ਜੀ ਉਹਨੂੰ ਵੀ ਕਿਸੇ ਨੇ ਨਹੀਂ ਛੱਡਿਆ ਕਿਉਂਕਿ ਵੀਰ ਨੇ ਜਿੰਨਾ ਵੀ ਗਾਇਆ ਜਜ਼ਬਾਤੀ ਗਾਇਆ ਸੋ ਕੀ ਲਿਖਿਆ ਗੌਰ ਕਰਨਾ ਜਿੰਨੇ ਵੀ ਯਾਰੀ ਉਹਦੇ ਸਾਰੇ ਯੰਗ ਲਾਉਨੇ ਮੁੰਡਾ ਦਸਾਊ ਸੀ ਉਹਦੇ ਗੀਤ ਬੜੀ ਕਾਲੂਨੇ ਤੇ
ਸ਼ੌਂਕੀਏ ਪਠਾਣੀ ਸਹੂਟੀ ਪਾਉਂਦਾ ਮੇਰੀ ਫਾਜ਼ਲਕੇ ਵਾਲਾ ਗੁੱਸਾ ਹਾਂ ਚੱਜਦਾ ਆਪ ਫੋੜਦਾ ਨੀ ਰੋਪੀਓ ਦਾ Thank you.
सुते नू फट जावे जो, जादा यो बेंदिया
करके गई हाँ कि यार बना के यार दी भैन ते अख रखना, यार दी तीवी ते अख रखना। ए तो वड्डी लाण ते नहीं कोई, ते ए तो वड्डी गदारी नहीं कोई। सो की लिखा गौर करना, हुंदे ना पुत सियाने बापू नू तू दा किंदे, यार यो लंडू हुंदे जो कुड़िया दे मुंह वल वेंदे। बच्चे दे हाथ च असला मल्याण कैलिया, सुते नू वट जावे रो, सुते नू वट जावे रो, सुते नू वट जावे जो। फरमैशा बहुत है, समा अपने कोल घट है जी। बाला जी कार बाजार मानसा, राकेश जी उल्लू खेड़ा तो सोमुख सेवा दा साईं पति बाबा जी नाल बहुत आशीर्वाद दिता है जी। ब्रह्मलीन माता पूरन देवी जी, सो पूरी बाबा फैमिली दा मैं बहुत बहुत धन्यवाद करती हूँ। कुछ सच्चियां गल्लां बार बार फरमैश आ रही है जी, क्योंकि वह गल्लां साडे पंजाब विच की कुछ वापर रहा है। ला दिए बाबा जी, क्योंकि टाइम बड़ा अजीब है, यहोजी गल सुन लिया तो पचाड़िया भी थोड़ी औखी ही हो जाती है, पर मैं यहोजी गल गा के सुना के खुश हुआ। खुश नहीं, मेरे मन में सुकून मिलता है, क्योंकि यो गल है साढ़े पंजाब की कुछ वापर है, साड़ी जी जनरेशन है उन्होंने एक मैसेज है। सुनना जरूर और किदा का लग्या दसना भी जरूर। ओ पाच शेरा पाच समा बड़ा माड़ा चले, ओ आज भी चुरासी आए जख्म आले, मास दिया फोटिया नू इला पै गया, बड़ी औखी ओ लाहौर वाली कंध टपी सी, जड़े दिन गया सी पंजाब मंडिया, पुछी दादे कोलो किन्नी औखी रात कटी सी, ओ जड़े दिन गया सी पंजाब मंडिया, पुछी दादे कोलो किन्नी औखी रात कटी सी। आको रखो के लगे सतु सादी हरियासता, गुरु करामित
ਚੀ ਵਾੜੀ ਗਈਆਂ ਨੇ ਸਿਆਸੀਆਂ ਗੋਰੇ ਖੋਕੇ ਲੈ ਕੇ ਸਾਥੋਂ ਸਾਡੀਆਂ ਰਿਆਸਤਾਂ ਗੁਰੂ ਘਰਾਂ ਵਿੱਚ ਵਾੜੀ ਗਈਆਂ ਨੇ ਸਿਆਸਤਾਂ ਜਿਹਦਾ ਨਾ ਕਿਤੇ ਵੀ ਹੁੰਦਾ ਜ਼ੋਰ ਚੱਲਦਾ ਉਹ ਝੱਟ ਹੀ ਗ੍ਰੰਥੀ ਦੱਬ ਲੈਂਦਾ ਆਣ ਕੇ ਪਾਠੀਆਂ ਦੇ ਘਰਾਂ ਦੀਆਂ ਛੱਤਾਂ ਚੋਂਦੀਆਂ ਮੈਂ ਕਿਹਾ ਗੋਲਕਾਂ ਨੂੰ ਖਾਣ ਵਾਲੇ ਮੌਜਾਂ ਪਾਠੀਆਂ ਦੇ ਘਰਾਂ ਦੀਆਂ ਛੱਤਾਂ ਚੋਂਦੀਆਂ ਮੈਂ ਕਿਹਾ ਗੋਲਕਾਂ ਨੂੰ ਖਾਣ ਵਾਲੇ ਮੌਜਾਂ ਮੈਨੂੰ ਕੋਈ ਕਹਿੰਦਾ ਵੀ ਗੋਲ ਵਾਲੀ ਆਪ ਦਾ 2 ਲੱਖ ਲੈ ਜਾਂਦੀ ਹੈ ਤੇ ਇਹ ਗੱਲਾਂ ਕਰਦੀ ਹੈ ਮੈਂ ਇੰਨੀ ਹਿੰਮਤ ਤਾਂ ਕੀਤੀ ਹੈ ਕਿ ਕਿਸੇ ਦੇ ਹਾਂ ਚ ਨਾਰਾ ਮਾਰਿਆ ਪਰ ਇਹ ਸੱਚਾਈ ਹੈ ਇਹਦੇ ਵਿੱਚ ਝੂਠ ਵੀ ਨਹੀਂ ਹੋਈ ਸੱਚਾਈ ਹੈ ਇਹ ਮੇਰੀ ਮਿਹਨਤ ਹੈ ਮੇਰਾ ਸਟਰਗਲ ਬਹੁਤ ਹੈ ਜੇ ਮੈਨੂੰ ਅੱਜ ਇੰਨਾ ਦਿੰਦੇ ਤਾਂ ਮੇਰੀ ਮਿਹਨਤ ਵੀ ਤਾਂ ਬਹੁਤ ਹੈ ਮੈਨੂੰ 20 ਸਾਲ ਹੋ ਗਏ ਇਸ ਲਾਈਨ ਚ ਹੈ ਮੈਂ ਵੀ ਕਦੇ 1100 ਤੋਂ ਸ਼ੁਰੂ ਹੋਈ ਸੀ ਪਰ ਮੈਂ ਕਿਸੇ ਦੇ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਸੱਚਾਈ ਹੈ ਦੱਸੋ ਕਿੰਨੇ ਮੰਨਦੇ ਹੋ ਕਿ ਇਹ ਗੱਲ ਸੱਚ ਹੈ ਤਾੜੀ ਲਾ ਕੇ ਦੱਸੋ ਜਰਾ ਮੈਨੂੰ ਆ ਪਾਠੀਆਂ ਦੇ ਘਰਾਂ ਦੀਆਂ ਛੱਤਾਂ ਚੋਂਦੀਆਂ ਮੈਂ ਕਿਹਾ ਗੋਲਕਾਂ ਨੂੰ ਖਾਣ ਵਾਲੇ ਮੌਜਾਂ ਮਾਣਦੇ ਰੱਖੋ ਕਿੱਥੋਂ ਸਾਂਭ ਕੇ ਵਿਚਾਰ ਮਾਈ ਪਾਕੋ ਦੇ ਸਮਝ ਚ ਆਉਂਦੀ ਨਾ ਪੰਜਾਬੀ ਹੁਣ ਲਾਡੋ ਦੇ ਰੱਖੋ ਕਿੱਥੋਂ ਸਾਂਭ ਕੇ ਵਿਚਾਰ ਮਾਈ ਪਾਕੋ ਦੇ ਰੱਖੂ ਕਿੱਥੋਂ ਸਾਂ ਸਮਝ ਚ ਆਉਂਦੀ ਨਾ ਪੰਜਾਬੀ ਹੁਣ ਲਾਡੋ ਦੇ ਮਾਂ ਖੁਦ ਬੀਅਰ ਦੇ ਕੈਨ ਖਿੱਚਦੀ ਕਿੱਥੋਂ ਵੱਟ ਕੇ ਖਵਾ ਦੂ ਖੋਏ ਦੀਆਂ ਪਿੰਨੀਆਂ ਭਾਰ ਕਿੱਥੋਂ ਚੱਲੂ ਸਰਬ ਲੋਹੇ ਦੇ ਕੜੇ ਦਾ ਆਟੀ ਗਈਆਂ ਨਾ ਜਿੰਨਾ ਦੀਆਂ ਭਾਰ ਕਿੱਥੋਂ ਚੱਲੂ ਸਰਬ ਲੋਹੇ ਦੇ ਕੜੇ ਦਾ ਆਟੀ ਗਈਆਂ ਨਾ ਜਿੰਨਾ ਦੀਆਂ ਮਨ ਦੀਆਂ ਚੀਜ਼ ਬੜਾ ਹੋ ਗਿਆ ਜਮਾਨਾ ਗੱਲ ਕਰੋ ਮੈਂ ਸੁਬਹ ਕੀ ਮਨ ਕਿਸੇ ਨੂੰ ਨਾ ਦਾਨਾ ਮਨ ਦੀਆਂ ਚੀਜ਼ ਬੜਾ ਹੋ ਗਿਆ ਜਮਾਨਾ ਹੋਰ ਤਾਂ ਬਥੇਰੇ ਮੁੱਦੇ ਚੁੱਕੀ ਫਿਰ ਗਏ ਮਨੋ ਜਾਣਾ ਮਨੋ ਵੀ ਸ਼ਾਹੇ ਵਿਚਾਰ ਦਾ ਲੱਗਦਾ ਪੰਜਾਬ ਚ ਪਵਾ ਕੇ ਹਟੂ ਸੁਣ ਕਾਦਾ ਏ ਰਿਵਾਜ਼ ਆਇਆ ਪਿਆਰ ਦਾ ਮੈਂ ਅਕਸਰ ਗੱਲ ਕਹਿੰਦੀ ਹੁੰਦੀ ਮੈਂ ਕਿਹਾ ਤੁਸੀਂ ਕਹਿਣਾ ਆਪ ਦਾ ਗੇੜਾ ਕੱਢ ਆਉਂਦੀ ਹੈ ਤੇ ਸਾਨੂੰ ਗੇੜਾ ਗੱਲਾਂ ਕਰਦੀ ਹੈ ਮੈਂ ਨੀ ਕਹਿੰਦੀ ਕਿ ਬਾਹਰ ਜਾਣਾ ਮਾੜਾ ਹੈ ਜਾਓ ਸਾਰਿਆਂ ਨੂੰ ਜਾਣਾ ਚਾਹੀਦਾ ਰੱਬ ਨੇ ਦੁਨੀਆਂ ਬਣਾਈ ਹੈ ਬਹੁਤ ਸੋਹਣੀ ਹੈ ਦੁਨੀਆ ਦੇਖਣੀ ਚਾਹੀਦੀ ਹੈ ਥੈਂਕ ਯੂ ਬਾਬਾ ਜੀ ਥੈਂਕ ਯੂ ਬਾਬਾ ਜੀ ਪਰ ਹਾਂ ਅੱਜ ਕੱਲ ਸਾਡਾ ਬਾਹਰ ਜਾਣ ਦਾ ਰੁਝਾਨ ਬਹੁਤ ਵੱਧ ਗਿਆ ਹੋਇਆ ਹੈ ਆਈਲੈਂਡਸ ਕਰਕੇ ਸਾਡੀਆਂ ਛੋਟੀਆਂ ਬੱਚੀਆਂ ਜਾ ਰਹੀਆਂ ਬਾਹਰ ਬਸ ਮੇਰੇ ਪਰਿਵਾਰਾਂ ਨੂੰ ਇੰਨੀ ਕੁ ਬੇਨਤੀ ਹੈ ਕਿਉਂਕਿ ਅਸੀਂ ਬਾਹਰ ਜਾਂਦੇ ਹਾਂ ਤਾਂ ਦੇਖਦੇ ਹਾਂ ਕਿ ਉੱਥੋਂ ਦੇ ਹਾਲਾਤ ਕੀ ਹੈ ਕੁਛ ਕੌੜੀਆਂ ਸੱਚਾਈਆਂ ਹੈ ਸਿੱਖ ਪਰਿਵਾਰਾਂ ਨੂੰ ਇੰਨੀ ਬੇਨਤੀ ਹੈ ਬੱਚਿਆਂ ਨੂੰ ਬਾਹਰ ਭੇਜੋ ਲੇਕਿਨ ਬਹੁਤ ਛੋਟੀਆਂ ਉਮਰਾਂ 'ਚ ਕੁੜੀਆਂ ਨੂੰ ਬਾਹਰ ਨਾ ਭੇਜੋ ਬਸ ਇਹੀ ਬੇਨਤੀ ਹੈ ਮੇਰੇ ਪਰਿਵਾਰ ਨੂੰ ਹੋਰ ਕੁਛ ਨਹੀਂ ਮਨ ਦੀਆਂ ਚੀਜ਼ ਬੜਾ ਹੋ ਗਿਆ ਜਮਾਨਾ ਹੋਰ ਤਾਂ ਬਥੇਰੇ ਮੁੱਦੇ ਚੁੱਕੀ ਫਿਰਦੇ ਮਨੋ ਜਾਣਾ ਮਨੋ ਵੀ ਸ਼ਹਿ ਵਿਚਾਰ ਦਾ ਲੱਗਦਾ ਪੰਜਾਬ ਚ ਪਵਾ ਕੇ ਹਟੂ ਸੋਨਾ ਕਾਦਾ ਏ ਰਿਵਾਜ਼ ਆਇਆ ਪਿਆਰ ਦਾ ਮੈਂ ਤੁਹਾਨੂੰ ਆਪਣੇ ਘਰ ਦੀ ਸੱਚਾਈ ਦੱਸਦੀ ਹਾਂ ਮੇਰਾ ਭਰਾ ਕਹਿੰਦਾ ਮੇਰੀ ਭਤੀਜੀ ਹੈ ਪਲੱਸ ਟੂ ਕੀਤੀ ਉਹਨੇ ਕਹਿੰਦਾ ਬਾਹਰ ਭੇਜਣਾ ਮੈਂ ਕਿਹਾ ਭਰਾਵਾ ਮੇਰੇ ਸਹਾਰੇ ਨਾ ਭੇਜਦੀ ਬਾਹਰ ਹਲੇ ਵੱਡੀ ਹੋਣ ਤੇ ਫਿਰ ਭੇਜੀ ਬਾਹਰ ਅਸੀਂ ਨੀ ਭੇਜੀ ਬਾਹਰ ਮੈਂ ਕਿਹਾ ਜਦੋਂ ਭੇਜਣਾ ਹੋਊਗਾ ਉਦੋਂ ਮੈਂ ਤੈਨੂੰ ਕਹੂੰਗੀ ਉਦੋਂ ਭੇਜੀ ਬਾਹਰ ਹਲੇ ਨਾ ਭੇਜੀ
ਹਲੇ ਨੇ ਪਲੱਸ ਟੂ ਕੀਤੀ ਹੈ ਅਸੀਂ ਨਿਕਲੀ ਜਿਵਾ ਦਿੰਦੇ ਹਾਂ ਤੇ ਮੇਰਾ ਭਰਾ ਕਹਿੰਦਾ ਠੀਕ ਹੈ ਜਿੱਦਾਂ ਕਿਉਂਕਿ ਮੇਰੇ ਹੱਥ ਤਾਂ ਜਾਂਦੀ ਹੈ ਤਾਂ ਵਾਪਸ ਆ ਜਾਂਦੀ ਹੈ ਮੇਰੀ ਤਾਂ ਆਹੀ ਚਲਾਈ ਹੈ ਜਾਂਦੀ ਹੈ ਦੋ ਮਹੀਨੇ ਪ੍ਰੋਗਰਾਮ ਲਾ ਕੇ ਇੱਧਰ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ ਸੋ ਮੈਂ ਕਿਹਾ ਜੇ ਤੂੰ ਕਹੀਂ ਵੀ ਇਹ ਜਾਂਦੀ ਹੈ ਭੂਆ ਚਲੀ ਜਾਂਦੀ ਕੋਈ ਨਾ ਮੈਂ ਤਾਂ ਫਿਰ ਇੱਧਰ ਆ ਜਾਂਦੀ ਮੇਰੀ ਜ਼ਿੰਮੇਵਾਰੀ ਤੇਰੀ ਭੇਜਣਾ ਭਰਾ ਕਿਉਂਕਿ ਮਾਹੌਲ ਬੜੇ ਖਰਾਬ ਹੋ ਗਏ ਕੀ ਕਹਿ ਸਕਦੇ ਸੋ ਬਹੁਤ ਸੱਚੀਆਂ ਗੱਲਾਂ ਨੇ ਗੌਰ ਕਰਨਾ ਅੱਗੇ ਵੀ ਲਿਖਿਆ ਮੈਂ ਤਾਂ ਐਦਾਂ ਕੀਤਾ ਵਿੱਚ ਚੱਕ ਦੀ ਆਵਾਜ਼ ਆਪੇ ਬਾਈਕ ਕਈ ਕਿਤੇ ਵੱਖਰਾ ਅੰਦਾਜ਼ ਮੈਂ ਤਾਂ ਐਦਾਂ ਕੀਤਾ ਵਿੱਚ ਚੱਕ ਦੀ ਆਵਾਜ਼ ਆ ਰਾਜਵੀਰ ਪੰਨੂ ਜਿਹਨੇ ਬੋਲ ਲਿਖਿਆ ਕੱਲਾ ਕੱਲਾ ਸੱਚੀਆਂ ਬਿਆਨ ਕਰਦਾ ਹੁਣ ਮੈਂ ਜਿਹੜੀ ਗੱਲ ਕਹਿਣ ਲੱਗੀ ਆ ਨਾ ਸਾਡੇ ਸਾਰਿਆਂ ਦੀ ਢੁੱਕਦੀ ਹੈ ਕੀ ਹੈ ਜੇ ਪਾਵਰ ਵੋਟਾਂ ਦੀ ਸਾਨੂੰ ਪਤਾ ਲੱਗ ਜੇ ਫਿਰ ਐਡੀ ਛੇਤੀ ਨੀ ਪੰਜਾਬ ਮਰਦਾ ਜੇ ਪਾਵਰ ਵੋਟਾਂ ਦੀ ਸਾਨੂੰ ਪਤਾ ਲੱਗ ਜੇ ਫਿਰ ਐਡੀ ਛੇਤੀ ਨੀ ਪੰਜਾਬ ਮਰਦਾ ਇਹ ਵੀ ਗੱਲ ਸੱਚ ਹੈ ਮੇਰੀਆਂ ਗੱਲਾਂ ਥੋੜੀਆਂ ਚੁੰਮੀਆਂ ਜ਼ਰੂਰ ਹੁੰਦੀਆਂ ਕਿਉਂਕਿ ਜਦੋਂ ਅਸੀਂ ਵਿਕਣ ਤੇ ਆਉਂਦੇ ਹਾਂ ਨਾ ਤੇ ਇੱਕ ਪੋਵੇ ਪਿੱਛੇ ਵਿਕ ਜਾਂਦੇ ਇਹ ਗੱਲ ਔੜੀ ਹੈ ਪਰ ਹੈ ਕਿ ਸੱਚ ਸੇਰ ਸੀ ਜੀ ਸਾਡੇ ਪੰਜਾਬ ਦੇ ਹਾਲਾਤ ਬੰਦੇ ਦੋਗਲੇ ਚੰਦ ਲਾਈਨਾਂ ਛੋਟੇ ਛੋਟੇ ਬਹਿਣੇ ਹਾਂਜੀ ਆ ਜਾਓ ਉਹ ਗੁੱਡ ਚੜ੍ਹਦੀ ਤੋਂ ਯਾਰ ਬੇਲੀ ਬਣਦੇ ਬੜੇ ਔਖੇ ਟਾਮ ਨਾਲ ਕੋਈ ਟਾਮਾ ਹੀ ਖੜੇ ਉਹ ਮਿੱਤਰ ਗਲਾਸੀ ਵਾਲੇ ਖਾਂਦੇ ਨੀ ਉਹ ਫੇਰ ਭਾਲੇ ਜਿਹੜੇ ਅਸਲ ਦੇ ਹੀ ਘਾਂ ਵਿੱਚ ਵੱਜ ਜਾਂਦੇ ਆ ਜੀ ਬੰਦੇ ਦੋਗਲੇ ਦੋਗਲੇ ਮੁਸੀਬਤਾਂ ਦੇ ਭੱਜ ਜਾਂਦੇ ਆ ਜੀ ਬੰਦੇ ਦੋਗਲੇ ਸਾਡਾ ਵਿੱਤ ਵਿੱਤ ਨਾਲ ਨਿਯਮ
ਮੋਚ ਖੜੀ ਦਾ ਕੀ ਕਰਾਂ ਜਿਸ ਬੋਲੇ ਬਦਨਾਮੀ ਕੰਟਰੋਲ ਵਿੱਚ ਹੈ ਨਹੀਂ ਜਿਹਦੀ ਆਪਣੀ ਜਿੰਦਗੀ ਮੋਚ ਖੜੀ ਦਾ ਕੀ ਫਾਇਦਾ ਜਿਸ ਮੋਚ ਖੜੀ ਦਾ ਕੀ ਫਾਇਦਾ ਜਿਸ ਬੱਲੇ ਬਦਨਾਮੀ ਜਿੱਤੇ ਇੱਜ਼ਤ ਦੇਣੀ ਬੱਲੇ ਅਧਿਕਾਰੀ ਬੱਲੇ ਬੱਲੇ
Da da da.
आमी बाबा ना हड़का ना जावी बाबा ना आमी बाबा ना हड़का ना जावी बाबा ना ए हो जिया खुशियां ले आवी बाबा ना परमात्मा तुम चढ़ गला च बैठे तंदरुस्तियां बख्श परमात्मा ने चाहे तो फिर मिला गए धन्यवाद जी थोड़ा सारे का लव यू ऑल नेट वाले भाजी बिल्कुल ते इन्हीं का हाजरी प्रवान करियो तुसे जिन्हें भी सजे हुए सारा का सत्कार करते हैं प्रवान करते हैं जी आनू कहने जी साढ़े प्रिंस बाबा जी जिन्हों ने जगह मेला लाने वास्ते दिती है उन्होंने भी बहुत बहुत धन्यवाद किया जाता सारे परिवार का प्रिंस बाबा जी और प्रदीप बाबा जी साढ़े बाबा जी बिल्कुल काला जी गिल साहब ओके सलमान साहब की रस्म है जी काला जी का तुम आज प्लीज संधु साउंड बिल्कुल और बाबा जी होना मतलब बहुत सारा प्यार पहुंच रहा है सारा का तहत धन्यवाद करते हैं संधु साउंड आओ जी गिल साहब प्लीज